ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ। ਮੇਰੇ ਨਾਲ ਜਗਮੋਹਨ ਸਿੰਘ ਜੀ ਇਸ ਟਾਈਮ ਜੁੜ ਚੁੱਕੇ ਨੇ। ਜਗਮੋਹਨ ਜੀ ਸਵਾਗਤ ਕਰਦੇ ਹਾਂ ਤੇ ਇੱਕ ਵਾਰੀ ਫੇਰ ਅਪਡੇਟ ਅਮਰੀਕਾ ਦੇ ਇੱਕ ਨਵੇਂ ਬੁਲੇਟਿਨ ਦੇ ਵਿੱਚ ਨਿਊਜ਼ ਦੇ ਵਿੱਚ ਅਪਡੇਟਸ ਦੇ ਵਿੱਚ ਅਸੀਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਜਿਵੇਂ ਤੁਸੀਂ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿੱਚ ਇਸ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਜੋ ਅਮਰੀਕਾ ਦੇ ਵਿੱਚ ਘਟਿਆ ਹੁੰਦਾ ਆ ਪੂਰੇ ਦਿਨ ਭਰ ਦੇ ਵਿੱਚ ਉਸ ਦੀ ਤੁਹਾਨੂੰ ਇੱਕ ਝਲਕ ਜਿਹੜੀ ਜੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਚਾਹੇ ਤੁਸੀਂ ਸਾਡੇ ਨਾਲ ਫੇਸਬੁੱਕ ਦੇ ਉੱਤੇ ਜੁੜੇ ਹੋਏ ਹੋ, ਚਾਹੇ ਤੁਸੀਂ ਸਾਡੇ ਨਾਲ ਜਿਹੜੇ ਆ ਜੀ ਰੇਡੀਓ ਸੈਟਸ ਦੇ ਜ਼ਰੀਏ, ਵਾਈਫਾਈ ਰੇਡੀਓ ਸੈਟਸ ਦੇ ਜ਼ਰੀਏ, ਏਐਮਸ ਦੇ ਜ਼ਰੀਏ ਜੁੜੇ ਹੋਏ ਹੋ, ਤੁਹਾਡੇ ਤੱਕ ਅਸੀਂ ਜ਼ਰੂਰ ਜੋ ਵੀ ਅਮਰੀਕਾ ਦੇ ਵਿੱਚ ਚੱਲ ਰਿਹਾ ਹੁੰਦਾ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਉਹ ਦਿੰਦੇ ਹਾਂ। ਬਿਲਕੁਲ ਜੀ, ਆਪਾਂ ਜਿਹੜੀ ਜਾਣਕਾਰੀ ਦੇਣੀ ਹੈ, ਇੱਕ ਤਾਂ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੇ ਜਿਹੜਾ ਜੀ ਉਦਘਾਟਨ ਕੀਤਾ ਇੱਕ ਨੇਵਲ ਬੇਸ ਦਾ, ਉੱਥੇ ਉਹਨਾਂ ਨੇ ਆਪਣੀ ਸਪੀਚ ਦਿੱਤੀ ਕੀ ਕੁਝ ਉਹਨਾਂ ਨੇ ਕਿਹਾ। ਇਸ ਦੇ ਨਾਲ ਨਾਲ ਇਮੀਗ੍ਰੇਸ਼ਨ ਨੂੰ ਲੈ ਕੇ ਜੋ ਕਿ ਲਗਾਤਾਰ ਸਾਨੂੰ ਕਾਲਜ ਵੀ ਆਉਂਦੀਆਂ ਰਹਿੰਦੀਆਂ, ਫੇਸਬੁੱਕ ਤੇ ਮੈਸੇਜ ਵੀ ਆਉਂਦੇ ਕਿ ਇਮੀਗ੍ਰੇਸ਼ਨ ਦੀ ਕੋਈ ਅਪਡੇਟ, ਉਸ ਦੇ ਬਾਰੇ ਵੀ ਦੋ ਤਿੰਨ ਜਿਹੜੀ ਜੀ ਅਪਡੇਟ ਸਾਡੇ ਕੋਲ ਹੈਗੀਆਂ ਤੁਹਾਡੇ ਲਈ ਲੈ ਕੇ ਆਵਾਂਗੇ। ਇਸ ਦੇ ਨਾਲ ਨਾਲ ਜਿਹੜੇ ਜੀ ਇੱਕ ਯੂਰਪੀਅਨ ਯੂਨੀਅਨ ਜਿਹੜਾ ਜੀ ਅਮੈਰੀਕਨ ਸਿਟੀਜ਼ਨ ਨੂੰ ਲੈ ਕੇ ਇੱਕ ਯੂਰਪੀਅਨ ਜਿਹੜੀ ਪਾਰਲੀਮੈਂਟ ਹੈ ਉਹ ਕੁਝ ਲਾਅ ਦੇ ਬਾਰੇ ਗੱਲਬਾਤ ਕਰ ਰਹੀ ਹੈ, ਉਹ ਕੀ ਹੈ ਉਸ ਦੇ ਬਾਰੇ ਵੀ ਗੱਲਬਾਤ ਕਰਨੀ ਹੈ ਤੇ ਨਾਲ ਜਿਹੜੇ ਅਟਾਰਨੀ ਜਨਰਲ ਨੇ ਅਮੈਰੀਕਾ ਦੇ ਜੈਫ ਸੈਸ਼ਨਸ, ਉਹਨਾਂ ਦੇ ਰਸ਼ੀਆ ਦੇ ਨਾਲ ਸੰਬੰਧਾਂ ਨੂੰ ਲੈ ਕੇ ਬਵਾਲ ਜਿਹੜਾ ਇਸ ਟਾਈਮ ਮਚਿਆ ਹੋਇਆ ਹੈ ਉਸ ਦੇ ਬਾਰੇ ਜਿਹੜੀ ਤੁਹਾਨੂੰ ਗੱਲ ਕਰਾਂਗੇ। ਬੋਇੰਗ ਦੇ ਨਾਲ ਕੰਪਨੀ ਦੇ ਨਾਲ, ਕੈਟਰਪਿਲਰ ਕੰਪਨੀ ਦੇ ਨਾਲ ਜਿਹੜੀਆਂ ਕੁਝ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਆ ਉਹ ਤੁਹਾਡੇ ਨਾਲ ਜਿਹੜੀਆਂ ਆਪਾਂ ਜ਼ਰੂਰ ਸਾਂਝੀਆਂ ਕਰਾਂਗੇ। ਸੋ ਇੱਦਾਂ ਹੀ ਤੁਸੀਂ ਸਾਡੇ ਨਾਲ ਜ਼ਰੂਰ ਜਿਹੜੇ ਜੀ ਬਣੇ ਰਹੋ ਤੇ ਆਪਾਂ ਜਿਹੜੇ ਜੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਾਡੇ ਅੱਜ ਦੇ ਇਸ ਨਿਊਜ਼ ਕਾਸਟ ਦੇ ਬੁਲੇਟਿਨ ਦੇ ਸਪੋਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ, ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ ਨੰਬਰ 408-272-2500 ਦੇ ਉੱਤੇ। ਤੇ ਇਸ ਦੇ ਨਾਲ ਨਾਲ ਸੰਤੋਖ ਸਿੰਘ ਵਾਸੀ, ਪਰਮਜੀਤ ਕੌਰ ਜੀ ਵਾਸੀ ਫ੍ਰੀਮੌਂਟ ਤੋਂ ਸਪੋਂਸਰ ਕਰ ਰਹੇ ਨੇ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਤੇ ਸਰਬਜੀਤ ਸਿੰਘ ਵਾਸੀ ਜੇਟ ਵਾਟਰ ਤੋਂ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਤੇ ਬਿਲਕੁਲ, ਤੇ ਅੱਜ 2 ਮਾਰਚ ਦਾ ਦਿਨ ਆ ਤੇ ਆਓ ਹੁਣ ਖਬਰਾਂ ਦੀ ਆਪਾਂ ਸ਼ੁਰੂਆਤ ਕਰੀਏ। ਸਭ ਤੋਂ ਪਹਿਲਾਂ ਜਿਹੜਾ ਆਪਾਂ ਰਾਸ਼ਟਰਪਤੀ ਡੋਨਲਡ ਟਰੰਪ ਅੱਜ ਜਿਹੜੇ ਜੀ ਪਹੁੰਚੇ ਹੋਏ ਸੀ, ਨਵੇਂ USS ਕੈਰੀਅਰ ਏਅਰਕ੍ਰਾਫਟ ਕੈਰੀਅਰ ਦਾ ਉਦਘਾਟਨ ਕਰਨ ਦੇ ਲਈ ਜਿਹੜੇ ਜੀ ਉਹ ਪਹੁੰਚੇ ਹੋਏ ਸੀ। ਇਹ ਜਿਹੜਾ ਨਵਾਂ USS ਏਅਰਕ੍ਰਾਫਟ ਕੈਰੀਅਰ ਆ ਜਿਸ ਦੀ 12 ਜਹਾਜ਼ਾਂ ਦੀ ਸ਼ਮਤਾ ਦੱਸੀ ਜਾਂਦੀ, ਇਸ ਦਾ ਨਾਮ ਜੇਰਾਲਡ ਆਰ ਫੋਰਡ ਉਸ ਦੇ ਨਾਮ ਦੇ ਉੱਤੇ ਰੱਖਿਆ ਹੋਇਆ ਆ। $12 ਮਿਲੀਅਨ ਦੀ ਲਾਗਤ ਦੇ ਨਾਲ ਜਿਹੜਾ ਇਹ ਬਿਲੀਅਨ ਡਾਲਰ, $12 ਬਿਲੀਅਨ ਦੀ ਲਾਗਤ ਦੇ ਨਾਲ ਇਹ ਜਿਹੜਾ ਜੰਗੀ ਬੇੜਾ ਜਿਹੜਾ ਆ ਉਹ ਤਿਆਰ ਹੋਇਆ ਆ। ਉਸ ਦੇ ਉਦਘਾਟਨ ਮੌਕੇ ਪਹੁੰਚੇ ਸੀ, ਉਹਨਾਂ ਨੇ ਉੱਥੇ ਜਿਹੜੇ ਮੌਜੂਦ ਨੇਵੀ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਵੀ ਸੰਬੋਧਨ ਕੀਤਾ, ਉਸ ਦੇ ਨਾਲ ਨਾਲ ਉਹਨਾਂ ਨੇ ਸਾਰੇ ਮੁਲਕ ਨੂੰ ਵੀ ਇੱਕ ਹਿਸਾਬ ਦੇ ਨਾਲ ਸੰਬੋਧਨ ਕੀਤਾ ਉੱਥੋਂ, ਜਿਸ ਦੇ ਵਿੱਚ ਉਹਨਾਂ ਨੇ ਅਮਰੀਕਾ ਦੀ ਮਿਲਟਰੀ ਨੂੰ ਸਟਰੋਂਗ ਕਰਨ ਦੀ, ਇੱਕ ਵਾਰੀ ਫੇਰ ਹੋਰ ਮਜ਼ਬੂਤ ਕਰਨ ਦੀ ਜਿਹੜੀ ਗੱਲ ਆਖੀ ਆ। ਬਿਲਕੁਲ ਜੀ ਬਿਲਕੁਲ, ਇਹ ਗੱਲਬਾਤ ਆਖੀ ਤੇ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਜਿਹੜਾ ਜੀ ਖਰਚਾ ਹੋਰ ਵਧਾਉਣਾ ਪਊਗਾ। ਇਸ ਤੋਂ ਪਹਿਲਾਂ ਵੀ ਆਪਾਂ ਅਪਡੇਟ ਅਮਰੀਕਾ ਦੇ ਵਿੱਚ ਦੱਸ ਚੁੱਕੇ ਸੀਗੇ ਕਿ ਮਿਲਟਰੀ ਦੇ ਬਜਟਸ ਨੂੰ ਵਧਾਉਣ ਦੀ ਗੱਲਬਾਤ ਲਗਾਤਾਰ ਰਾਸ਼ਟਰਪਤੀ ਟਰੰਪ ਉਹ ਕਰ ਰਹੇ ਨੇ, ਤੇ ਇਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ US ਮਿਲਟਰੀ ਨੂੰ ਹੋਰ ਸਟਰੋਂਗ ਕਰਨਾ ਹੈ, US ਦਾ ਡਿਫੈਂਸ ਹੋਰ ਸਟਰੋਂਗ ਕਰਨਾ ਹੈ, ਇਸ ਦੇ ਉੱਤੇ ਉਹਨਾਂ ਨੇ ਪੂਰਾ ਜ਼ੋਰ ਲਾਇਆ। ਹਾਲਾਂਕਿ ਇੱਕ ਗ੍ਰਾਫ ਜਿਹੜਾ ਜੀ ਦੇਖ ਰਹੇ ਹਾਂ ਕਹਿੰਦੇ US ਦੀ ਮਿਲਟਰੀ ਦਾ ਜਿਹੜਾ ਡਿਫੈਂਸ ਹੈਗਾ ਉਹ ਆਲਰੇਡੀ ਜਿੰਨਾ ਕੁ ਸਟਰੋਂਗ ਚਾਹੀਦਾ ਉਨਾ ਹੈਗਾ ਜੀ। ਸੋ ਇਹ ਇੱਕ ਚੰਗੀ ਗੱਲ ਆ, ਉਸ ਤੋਂ ਕਹਿੰਦੇ ਵੀ ਮੋਰ ਦੈਨ ਇਨਫੈਕਟ ਸਟਰੋਂਗ ਆ, ਤੇ ਕਹਿ ਰਹੇ ਆ ਵੀ 609 ਬਿਲੀਅਨ ਡਾਲਰ ਦੀ ਇਸ ਵਾਰ ਬਜਟ ਰਹੇਗਾ। ਇੱਕ ਕੋਈ ਛੋਟੇ ਮੋਟੇ ਦੇਸ਼ ਦੀ ਗੱਲ ਕਰੀਏ, ਉਹਨਾਂ ਦੀ ਪੂਰੀ GDP ਜਾਂ ਪੂਰਾ ਬਜਟ ਇੰਨਾ ਨਹੀਂ ਹੁੰਦਾ ਜਿੰਨਾ ਇਕੱਲਾ US ਦੀ ਮਿਲਟਰੀ ਦਾ ਬਜਟ ਜਿਹੜਾ ਇਸ ਟਾਈਮ ਉਹ ਬਣਿਆ ਹੋਇਆ ਆ, ਤੇ ਇਸ ਦੇ ਬਾਰੇ ਜਿਹੜੀ ਉਹਨਾਂ ਨੇ ਗੱਲ ਕੀਤੀ ਆ। ਸੋ ਹੋਰ ਜਿਹੜੇ ਫੌਜੀ ਆ ਉਹਨਾਂ ਨੂੰ ਭਰਤੀ ਕਰਨ ਦੀ ਵੀ ਸ਼ਾਇਦ ਉਹਨਾਂ ਨੇ ਇਸ ਦੇ ਵਿੱਚ ਗੱਲ ਕੀਤੀ ਆ। ਸੋ ਦੇਖਦੇ ਹਾਂ ਇਸ ਦੇ ਵਿੱਚ ਕੀ ਬਣੇਗਾ। ਬਾਕੀ ਜੇ ਰਾਸ਼ਟਰਪਤੀ ਟਰੰਪ ਦੇ ਹੁਣਾਂ ਦੇ ਪ੍ਰਸ਼ਾਸਨ ਦੇ ਨਾਲ ਜਿਹੜੀ ਆਪਾਂ ਜੁੜੀ ਹੋਈ ਜੀ ਅਗਲੀ ਖਬਰ ਜਿਹੜੀ ਜੀ ਕਰ ਰਹੀ ਹੈ ਇਮੀਗ੍ਰੇਸ਼ਨ ਦੀ ਖਬਰ, ਇਸ ਤੋਂ ਬਾਅਦ ਦੇ ਵਿੱਚ ਜਿਹੜੀ ਆਪਾਂ ਉਹ ਕਰਾਂਗੇ। ਜਿਹੜੇ ਅਟਾਰਨੀ ਜਨਰਲ ਜੈਫ ਸੈਸ਼ਨਸ ਨੇ ਉਹਨਾਂ ਬਾਰੇ ਜੇ ਆਪਾਂ ਗੱਲ ਕਰੀਏ ਵੀ ਉਹ ਵੀ ਕਿਤੇ ਨਾ ਕਿਤੇ ਕਿੜਕੀ ਵਿੱਚ ਫਸਦੇ ਨਜ਼ਰ ਆ ਰਹੇ ਸੀਗੇ। ਮੈਂ ਇੱਕ ਚੀਜ਼ ਜਿਹੜੀ ਇਸ ਟਾਈਮ ਨੋਟ ਕੀਤੀ ਆ ਵੀ ਰਾਸ਼ਟਰਪਤੀ ਟਰੰਪ ਦਾ ਜਿਹੜਾ ਪ੍ਰਸ਼ਾਸਨ ਆ ਉਹ ਕਿਤੇ ਨਾ ਕਿਤੇ ਜਗਮੋਹਨ ਜੀ ਰਸ਼ੀਆ ਦੇ ਨਾਲ ਸੰਬੰਧਾਂ ਨੂੰ ਲੈ ਕੇ ਖਾਸਾ ਕਹਿ ਲਓ ਵੀ ਪੀੜਤ ਆ, ਤੇ ਜਾਂ ਕੁਛ ਨਾ ਕੁਛ ਦਾਲ ਦੇ ਵਿੱਚ ਕਾਲਾ ਹੈਗਾ ਵੀ ਜਿਹੜਾ ਬਾਰ ਬਾਰ ਇਹ ਗੱਲ ਬਿਲਕੁਲ ਬਿਲਕੁਲ ਬਾਰ ਬਾਰ ਉਹਨਾਂ ਦੀ ਕੈਂਪੇਨ ਦੇ ਵਿੱਚੋਂ ਕਿਸੇ ਦਾ, ਉਹਨਾਂ ਦੀ ਕਦੇ ਕੈਬਨਿਟ ਦੇ ਵਿੱਚੋਂ, ਤੇ ਇੱਕ ਮਾਈਕਲ ਫਲਿਨ ਦਾ ਨਾਮ ਆਪਾਂ ਸਾਰੇ ਜਾਣਦੇ ਹਾਂ ਜੀ, ਉਹਨਾਂ ਨੂੰ ਅਸਤੀਫਾ ਵੀ ਦੇਣਾ ਪੈ ਗਿਆ, ਰਸ਼ੀਆ ਦੇ ਨਾਲ ਲਗਾਤਾਰ ਸੰਬੰਧ ਸਾਹਮਣੇ ਆ ਰਹੇ ਨੇ।
ਸੋ ਇਹ ਫਿਰ ਇੱਕ ਵਾਰੀ ਜਿਹੜੀ ਗੱਲਬਾਤ ਕੀਤੀ ਰਾਜੀ ਨੇ ਜੈਫ ਸੈਸ਼ਨ ਉਹਨਾਂ ਦਾ ਨਾਮ ਆਇਆ ਉਹਨਾਂ ਦਾ ਲਿੰਕ ਜਿਹੜੇ ਜੀ ਸਾਹਮਣੇ ਆ ਰਿਹਾ ਤੇ ਡੈਮੋਕ੍ਰੈਟਸ ਲਗਾਤਾਰ ਜਿਹੜਾ ਜੀ ਉਹਨਾਂ ਦੇ ਅਸਤੀਫੇ ਦੀ ਹੁਣ ਮੰਗ ਕਰ ਰਹੇ ਆ ਜੀ ਸੋ ਬਿਲਕੁਲ ਅਸਤੀਫੇ ਦੀ ਮੰਗ ਕੀਤੀ 145 ਡੈਮੋਕ੍ਰੇਟ ਇਸ ਦੇ ਵਿੱਚ ਨਾਮ ਜੁੜ ਚੁੱਕੇ ਆ ਜਿਹੜੇ ਸੈਨੇਟ ਮਾਈਨੋਰਟੀ ਲੀਡਰ ਜਿਹੜੇ ਚੱਕ ਸ਼ੂਮਰ ਆ ਉਹਨਾਂ ਨੇ ਵੀ ਕਿਹਾ ਵੀ ਇਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ ਹੈ ਅੱਜ ਅਲਿਜ਼ਾਬੈਥ ਵਾਰਨ ਨੈਂਸੀ ਪਲੋਸੀ ਦੋਨਾਂ ਨੇ ਵੱਖ ਵੱਖ ਬਿਆਨਾਂ ਦੇ ਵਿੱਚ ਇਹਨਾਂ ਦੇ ਅਸਤੀਫੇ ਦੀ ਜਿਹੜੀ ਆ ਉਹ ਮੰਗ ਕੀਤੀ ਸੀਗੀ ਜਦ ਪੱਤਰਕਾਰਾਂ ਨੇ ਜੈਫ ਸੈਸ਼ਨ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਆਖਿਆ ਵੀ ਉਹ ਆਪਣੇ ਆਪ ਨੂੰ ਇਸ ਜਿਹੜੀ ਕੋਈ ਵੀ ਇਨਵੈਸਟੀਗੇਸ਼ਨ ਹੋਵੇਗੀ ਉਸ ਤੋਂ ਰੈਸਕਿਊ ਕਰਨਗੇ ਆਪਣੇ ਆਪ ਨੂੰ ਉਹ ਜਿਹੜਾ ਜੀ ਉਹ ਬਚਾਉਣਗੇ ਇਹ ਦੇਖਣ ਵਾਲੀ ਗੱਲ ਰਹੇਗੀ ਇੱਥੋਂ ਤੱਕ ਕਿ ਜਿਹੜੇ ਹਾਊਸ ਸਪੀਕਰ ਪਾਲ ਰਾਇਨ ਆ ਉਹਨਾਂ ਨੇ ਵੀ ਜਿਹੜੇ ਜੈਫ ਸੈਸ਼ਨ ਅਟਾਰਨੀ ਜਨਰਲ ਨੇ ਜੋ ਅਮਰੀਕਾ ਦੇ ਉਹਨਾਂ ਨੂੰ ਇਹੋ ਜਿਹੀ ਇਨਵੈਸਟੀਗੇਸ਼ਨ ਤੋਂ ਬਚਣ ਦੀ ਹੀ ਜਿਹੜੀ ਆ ਉਹ ਸਲਾਹ ਦਿੱਤੀ ਆ ਕੀ ਅੱਗੇ ਰਹੇਗਾ ਕੀ ਇੱਕ ਹੋਰ ਵੱਡਾ ਕੈਬਨਿਟ ਮਿਨਿਸਟਰ ਜਾਂ ਇੱਕ ਵੱਡਾ ਨਾਮ ਜਿਹੜਾ ਟਰੰਪ ਪ੍ਰਸ਼ਾਸਨ ਦਾ ਉਹ ਰਸ਼ੀਆ ਦੇ ਨਾਮ ਦੀ ਬਲੀ ਚੜੇਗਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਹਾਲ ਦੀ ਘੜੀ ਇੱਦਾਂ ਮਹਿਸੂਸ ਨਹੀਂ ਹੋ ਰਿਹਾ ਵੀ ਇੱਦਾਂ ਦਾ ਕੁਛ ਜਿਹੜਾ ਜੀ ਉਹ ਜਿਹੜਾ ਜੀ ਹੋਵੇਗਾ ਕਿਉਂਕਿ ਉਹ ਇਸ ਟਾਈਮ ਬਿਲਕੁਲ ਕਹਿ ਸਕਦੇ ਹਾਂ ਜਗਮੋਹਨ ਜੀ ਵੀ ਡਿਫੈਂਸਿਵ ਤੇ ਨੇ ਉਹਨਾਂ ਨੇ ਇਸ ਚੀਜ਼ ਨੂੰ ਮੰਨਣ ਤੋਂ ਇਨਕਾਰ ਵੀ ਕਰ ਦਿੱਤਾ ਹੈ ਜੇ ਦੱਸ ਰਹੀ ਵੀ ਆਪਣੇ ਸਰੋਤਿਆਂ ਨੂੰ ਵੀ ਮਸਲਾ ਕੀ ਹੋਇਆ ਸੀ ਜਦੋਂ ਉਹਨਾਂ ਦੀ ਸੈਨੇਟ ਹੀਅਰਿੰਗ ਹੋਈ ਸੀਗੀ ਅਟਾਰਨੀ ਜਨਰਲ ਬਣਨ ਦੇ ਲਈ ਤਾਂ ਉਹਨਾਂ ਨੂੰ ਸਵਾਲ ਵਿਸ਼ੇਸ਼ ਤੌਰ ਤੇ ਪੁੱਛਿਆ ਗਿਆ ਸੀਗਾ ਵੀ ਕੀ ਇਸ ਤੋਂ ਪਹਿਲਾਂ ਤੁਹਾਡੇ ਰਸ਼ੀਆ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਸੰਬੰਧ ਰਿਹਾ ਹੈ ਕਦੀ ਗੱਲਬਾਤ ਹੋਈ ਆ ਉਦੋਂ ਉਹਨਾਂ ਨੇ ਮਨਾ ਕਰ ਦਿੱਤਾ ਸੀ ਅੱਜ ਜਦੋਂ ਉਹ ਗੱਲ ਮੁੜ ਕੇ ਦੁਬਾਰਾ ਸਾਹਮਣੇ ਆਈ ਉਹਨਾਂ ਨੇ ਕਿਹਾ ਵੀ ਮੈਂ ਇੱਕ ਜਿਹੜੀ ਨੈਸ਼ਨਲ ਸਿਕਿਉਰਿਟੀ ਜਿਹੜੀ ਕਮੇਟੀ ਸੀ ਉਸ ਦੇ ਵਿੱਚ ਹੁੰਦਾ ਹੋਇਆ ਉਹਨਾਂ ਦੇ ਨਾਲ ਗੱਲ ਕੀਤੀ ਜਦਕਿ ਦੂਜੇ ਮੈਂਬਰਾਂ ਨੇ ਜਿਹੜੇ ਕਮੇਟੀ ਦੇ ਵਿੱਚ ਹੋਰ ਵੀ ਮੈਂਬਰ ਸੀਗੇ ਉਹਨਾਂ ਨੇ ਆਖਿਆ ਨਹੀਂ ਜੀ 10 ਸਾਲ ਤੋਂ ਤਾਂ ਮੈਂ ਉਸ ਕਮੇਟੀ ਦੇ ਵਿੱਚ ਹੈਗਾ ਆ ਪਰ ਸਾਡੀ ਅੱਜ ਤੱਕ ਕਦੀ ਰਸ਼ੀਅਨ ਕਿਸੇ ਅੰਬੈਸੀ ਵਾਲੇ ਨਾਲ ਕੋਨਵੋਏ ਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਗੱਲਬਾਤ ਨਹੀਂ ਹੋਈ ਸੋ ਤਾਂ ਹੀ ਤੱਤੇ ਪਾਣੀ ਦੇ ਵਿੱਚ ਇਸ ਟਾਈਮ ਜਿਹੜੇ ਉਹ ਨਜ਼ਰ ਆ ਰਹੇ ਨੇ ਬਿਲਕੁਲ ਜੀ ਬਿਲਕੁਲ ਤੇ ਬਸ ਇਹ ਦੇਖਦੇ ਹਾਂ ਵੀ ਹੁਣ ਜੈਫ ਸੈਸ਼ਨ ਦਾ ਜਿਹੜਾ ਜੀ ਅਸਤੀਫਾ ਹੁੰਦਾ ਜਾਂ ਕੀ ਹੁੰਦਾ ਕਿਉਂਕਿ ਮਾਈਕਲ ਫਲਿਨ ਨੂੰ ਅਸਤੀਫਾ ਦੇਣਾ ਪੈ ਗਿਆ ਸੀ ਤੇ ਬਾਕੀ ਲਗਾਤਾਰ ਜਿਹੜੇ ਜੀ ਹੁਣ ਆਪਾਂ ਗੱਲਬਾਤ ਕਰ ਰਹੇ ਪਿਛਲੇ ਕਈ ਦਿਨਾਂ ਤੋਂ ਇਮੀਗ੍ਰੇਸ਼ਨ ਦੀ ਉਸਦੇ ਉੱਤੇ ਅਪਡੇਟ ਜਿਹੜੇ ਜੀ ਤੁਹਾਨੂੰ ਜ਼ਰੂਰ ਦਿੰਦੇ ਕਈ ਅਪਡੇਟਸ ਜਿਵੇਂ ਤੁਹਾਨੂੰ ਦੱਸਿਆ ਸਾਹਮਣੇ ਆ ਰਹੀਆਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਖਬਰ ਆ ਰਹੀ ਹੈ ਜੀ ਅਸਾਈਲਮ ਸੀਕਰ ਇੱਕ ਜਿਹੜੀ ਜੀ ਅੱਜ ਆਪਣੇ ਕੋਲ ਦੋਨੋਂ ਤਰੀਕੇ ਦੀਆਂ ਖਬਰਾਂ ਥੋੜੀ ਜੀ ਗੁੱਡ ਨਿਊਜ਼ ਵੀ ਆ ਵਿੱਚ ਬੈਡ ਨਿਊਜ਼ ਵੀ ਜਿਹੜੀ ਨਾਲ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਖਾਸ ਕਰਕੇ ਡਿਪੋਰਟੇਸ਼ਨ ਨੂੰ ਲੈ ਕੇ ਸੋ ਗੁੱਡ ਨਿਊਜ਼ ਦੀ ਇੱਕ ਦੀ ਗੱਲ ਕਰਦੇ ਹਾਂ ਜੀ ਅਸਾਈਲਮ ਸੀਕਰ ਟੈਕਸਸ ਦੇ ਵਿੱਚ ਪਿਛਲੇ 15 ਮਹੀਨਿਆਂ ਤੋਂ ਡਿਟੈਂਸ਼ਨ ਸੈਂਟਰ ਦੇ ਵਿੱਚ ਉਹਨਾਂ ਨੇ ਰੱਖੀ ਹੋਈ ਸੀ ਜੀ ਇੱਕ ਮੈਕਸੀਕਨ ਮੂਲ ਦੀ ਸੈਰਾ ਬੈਲਟਰਨ ਉਹਨਾਂ ਦਾ ਨਾਮ ਹੈ ਤੇ ਪਿਛਲੇ ਮਹੀਨੇ ਉਹਨਾਂ ਨੂੰ ਜਿਹੜੀ ਜੀ ਬ੍ਰੇਨ ਟਿਊਮਰ ਦੀ ਸ਼ਿਕਾਇਤ ਜਿਹੜੀ ਜੀ ਆਈ ਉਹਨਾਂ ਦਾ ਮੈਡੀਕਲ ਜਦੋਂ ਹੋਇਆ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਹੁਣ ਜਿਹੜੇ ਡਿਟੈਂਸ਼ਨ ਸੈਂਟਰ ਚੋਂ ਰਿਲੀਜ਼ ਕਰ ਦਿੱਤਾ ਗਿਆ ਆਈਸ ਦੇ ਵੱਲੋਂ ਜੀ ਸੋ ਬਿਲਕੁਲ ਮਤਲਬ ਇੱਕ ਜਿਹੜੇ ਜੀ ਆਪਾਂ ਕੱਲ ਗੱਲਬਾਤ ਕੀਤੀ ਸੀਗੀ ਇੱਕ ਹੋਸਪਿਟਲ ਦੇ ਵਿੱਚੋਂ ਇਲਾਜ ਸਰਜਰੀ ਕਰਵਾਉਣ ਗਈ ਸੀ ਉਸਨੂੰ ਸਗੋਂ ਆਈਸ ਨੇ ਉੱਥੋਂ ਹੀ ਚੱਕ ਲਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਜੀ ਕਾਫੀ ਜ਼ਿਆਦਾ ਆਈਸ ਨੂੰ ਭੰਡਿਆ ਵੀ ਗਿਆ ਸੀ ਉਹਦਾ ਕ੍ਰਿਟੀਸਿਜ਼ਮ ਹੋਇਆ ਸੀਗਾ ਵੀ ਜਿਹੜੀ ਹਰਕਤ ਉਹਨਾਂ ਨੇ ਕੀਤੀ ਹੈ ਕਿਉਂਕਿ ਇਲਾਜ ਕਰਵਾਉਣਾ ਇੱਕ ਸਭ ਦਾ ਮਨੁੱਖੀ ਹੱਕ ਹੈ ਤੇ ਉਸ ਸ਼ਾਇਦ ਉਸਦੇ ਕਰਕੇ ਉਹਨਾਂ ਨੂੰ ਹੁਣ ਜਿਹੜਾ ਜੀ ਛੱਡ ਦਿੱਤਾ ਗਿਆ ਬਿਲਕੁਲ ਕੋਈ ਨਾ ਕੋਈ ਪ੍ਰੋਸੀਜਰ ਜਿਹੜਾ ਉਸਦੇ ਵਿੱਚ ਰਿਹਾ ਹੋਵੇਗਾ ਵੀ ਜਿਹੜਾ 15 ਮਹੀਨੇ ਦਾ ਜਿਹੜਾ ਇਸਦੇ ਕਰਕੇ ਜਿਹੜਾ ਆ ਉਹ ਸਮਾਂ ਜਿਹੜਾ ਆ ਉਹ ਲੱਗਾ ਆ ਸੋ ਇਦਾਂ ਹੀ ਤੁਹਾਨੂੰ ਜੇ ਮਾੜੀ ਜੀ ਇੱਕ ਬੈਡ ਨਿਊਜ਼ ਦੇ ਬਾਰੇ ਵੀ ਆਪਾਂ ਜੇ ਦੱਸੀਏ ਬਹੁਤ ਜਗ੍ਹਾ ਦੇ ਉੱਤੇ ਹੋਰ ਰੇਡਸ ਦੀਆਂ ਖਬਰਾਂ ਆ ਰਹੀਆਂ ਜਿੱਦਾਂ ਕੱਲ ਦੱਸਿਆ ਸੀ ਵੀ ਵੁੱਡਬਰਨ ਇਲਾਕਾ ਜਿਹੜਾ ਓਰੇਗਨ ਦੇ ਵਿੱਚ ਹੈਗਾ ਆ ਉਸ ਦੇ ਵਿੱਚ ਇਸ ਟਾਈਮ ਕਹਿ ਲਓ ਵੀ ਬਹੁਤ ਜ਼ਿਆਦਾ ਸਨਾਟਾ ਕਹਿ ਲਓ ਵੀ ਛਾਇਆ ਹੋਇਆ ਆ ਸਾਰੇ ਜਣੇ ਇਹ ਸੋਚ ਰਹੇ ਆ ਵੀ ਸਾਡਾ ਕੀ ਬਣੇਗਾ ਉੱਥੋਂ ਕੱਲ ਜਿਹੜੇ 11 ਜਣੇ ਆ ਉਹ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਕਰਕੇ ਲੈ ਕੇ ਗਏ ਸੀਗੇ ਡਿਪੋਰਟ ਇਹੀ ਜਿਹੜਾ ਆਪਾਂ ਦੱਸ ਰਹੇ ਸੀ ਵੀ ਉਹਦੇ ਕਰਕੇ ਬਹੁਤ ਗੰਭੀਰ ਮਸਲਾ ਬਣਿਆ ਹੋਇਆ ਸੀ ਤੇ ਇੱਕ ਮੈਂ ਤੁਹਾਨੂੰ ਖਬਰ ਹੋਰ ਦੱਸਦੇ ਜਾਈਏ ਵੀ ਇਮੀਗ੍ਰੇਸ਼ਨ ਵਾਲਿਆਂ ਨੇ ਆਈਸ ਵਾਲਿਆਂ ਨੇ ਅੱਜ ਇੱਕ 31 ਸਾਲਾ ਹਿਊਸਟਨ ਦਾ ਇੱਕ ਬੰਦਾ ਜਿਸਦਾ ਨਾਮ ਹੋਜ਼ੇ ਐਸਕੋਬਾਰ ਆ 2 ਬੱਚਿਆਂ ਦਾ ਉਹ ਪਿਓ ਵਾ ਉਸ ਨੂੰ ਅੱਜ ਡਿਪੋਰਟ ਕਰ ਦਿੱਤਾ ਹਿਊਸਟਨ ਦੇ ਵਿੱਚ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀਗਾ ਤੇ ਕਹਿੰਦੇ ਜਦੋਂ 15 ਸਾਲ ਦੀ ਉਮਰ ਦਾ ਸੀਗਾ ਤਕਰੀਬਨ ਇੱਥੇ 16 ਸਾਲ ਹੋ ਗਏ ਸੀ ਉਸ ਬੰਦੇ ਨੂੰ ਰਹਿੰਦੇ ਹੋਏ ਪਰ ਫਿਰ ਵੀ ਜਿਹੜਾ ਆ ਉਸ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰਕੇ ਅੱਜ ਡਿਪੋਰਟ ਕਰ ਦਿੱਤਾ ਗਿਆ ਇਹ ਜਿਹੜਾ ਕਹਿੰਦੇ ਵੀ ਇਹ ਉਸੇ ਸਿਲਸਿਲੇ ਦੇ ਵਿੱਚ ਡਿਪੋਰਟ ਹੋ ਰਿਹਾ ਜੋ ਆਪਣੇ ਨੇਸ਼ਨ ਵਾਈਡ ਆਪਾਂ ਖਬਰਾਂ ਸੁਣ ਰਹੇ ਹਾਂ ਵੀ ਕਿਤੇ ਇੱਥੇ ਰੇਡ ਪੈ ਗਈ ਕਿਤੇ ਉੱਥੇ ਰੇਡ ਪੈ ਗਈ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਉਸਦੀ ਜਿਹੜੀ ਘਰਵਾਲੀ ਤੇ ਉਸਦੇ ਬੱਚੇ ਬਿਲਕੁਲ ਖਫਾ ਨੇ ਵੀ ਸਾਡੇ ਨਾਲ ਕਿਉਂਕਿ ਜ਼ਿੰਦਗੀ ਇੱਕ ਪੂਰੀ ਅਸਤ ਵਿਅਸਤ ਜਿਹੜੀ ਇਸਦੇ ਕਰਕੇ
हो जाती है ब्रेड अर्नर हो चाहे कोई भी घर का मैंबर हो जो परिवार टुटता है तो दुख ते दर्द जेड़ा वो जरूर होंदा है। बिल्कुल बिल्कुल जी एक सबका राष्ट्रपति बराक ओबामा लगातार वो कह रहे थे भी असि परिवार नूं अट वख नहीं करांगे नहीं करना उन्होंने एक एग्जीक्यूटिव ऑर्डर दे थ्रू वह लागू करने की कोशिश भी की थी जेड़ा सिरे नहीं चढ़ पाया गोट जेड़ा सिस्टम उसके करके जी ते इस नूं लैके हुण एक जिहड़ी जी गुड न्यूज जिवें तुहानूं दस्सिया सी कई गुड न्यूज ने कुछ एक बुरियां खबरां भी आ रही ने क्योंकि इमीग्रेशन दे विच काफी कुछ हो रहा है ते एक गल दस रहे हैं जी हुण इलोनॉय तो एक खबर आई है इलोनॉय दे एक शहर तो जिथे एक अनडाकूमेंटेड इमीग्रेंट नूं पिछले महीने आईस वाले ने जिहड़ा जी गिरफ्तार किया सीगा एक रेस्टोरेंट मैनेजर सीगे उह ਤੇ ਕਿਹੜੀ ਗੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਸਾਹਮਣੇ ਉਹਨਾਂ ਨੇ ਨਹੀਂ ਦੱਸਿਆ ਪਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਦੇ ਵਿੱਚ ਹਾਲਾਂਕਿ ਰਾਜੀ ਉਹ ਜਿਹੜਾ ਸ਼ਹਿਰ ਹੈ ਦੱਸਿਆ ਜਾਂਦਾ ਉੱਥੇ ਕੋਲ ਮਾਈਨਰਸ ਜਿਹਨਾਂ ਨੂੰ ਕਿ ਡੋਨਲਡ ਟਰੰਪ ਨੇ ਪੂਰਾ ਸਪੋਰਟ ਕੀਤਾ ਤੇ ਉਹਨਾਂ ਉਹ ਵੀ ਪ੍ਰੋ ਟਰੰਪ ਆਖੇ ਜਾਂਦੇ ਉਹ ਪੂਰੇ ਸ਼ਹਿਰ ਨੇ ਸਪੋਰਟ ਕੀਤੀ ਉਸ ਵਿਅਕਤੀ ਦੀ ਇਸ ਜਿਹੜਾ ਮੈਕਸੀਕਨ ਇਮੀਗ੍ਰੈਂਟ ਜਿਹੜਾ ਸੀਗਾ ਜਿਹੜਾ ਜੀ ਉਹਨਾਂ ਦਾ ਨਾਮ ਹੁਆਨ ਕਾਰਲੋਸ ਹੈ ਤੇ ਮੇਅਰ ਨੇ ਸ਼ਹਿਰ ਦੇ ਮੇਅਰ ਨੇ ਪੁਲਿਸ ਚੀਫ ਨੇ ਜਿਹੜਾ ਜੀ ਲੈਟਰਸ ਲਿਖੀਆਂ ਉਹਨਾਂ ਦੀ ਸਪੋਰਟ ਦੇ ਲਈ ਵੀ ਇਹਦਾ ਬਿਹੇਵੀਅਰ ਹੈ ਜਿਹੜਾ ਠੀਕ ਹੈ ਇਹਨੂੰ ਜਿਹੜਾ ਛੱਡ ਦਿੱਤਾ ਜਾਵੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਫਿਰ ਇਮੀਗ੍ਰੇਸ਼ਨ ਜੱਜ ਨੇ $3,000 ਦੇ ਬੌਂਡ ਦੇ ਉੱਤੇ ਉਹਨਾਂ ਨੂੰ ਜਿਹੜਾ ਜੀ ਰਿਹਾ ਕਰ ਦਿੱਤਾ ਬਿਲਕੁਲ ਸੋ ਇੱਕ ਪੂਰੀ ਕਮਿਊਨਿਟੀ ਜਿਹੜੀ ਇਕੱਠੀ ਹੋਈ ਚਾਹੇ ਪ੍ਰੋ ਟਰੰਪ ਜਿਹੜੇ ਸੀਗੇ ਉਹ ਇਕੱਠੇ ਹੋਏ ਮੇਅਰ ਨੇ ਸਪੋਰਟ ਕੀਤੀ ਪੁਲਿਸ ਵਾਲਿਆਂ ਨੇ ਸਪੋਰਟ ਕੀਤੀ ਫਿਰ ਕਿਤੇ ਜਾ ਕੇ ਇਹ ਬੰਦਾ ਛੁੱਟਿਆ ਇੱਕ ਹੋਰ ਵੀ ਜਿਹੜਾ ਜੀ ਆਪਾਂ ਇਸ ਦੇ ਉੱਤੇ ਅਪਡੇਟ ਦਈਏ ਵੀ ਇੱਕ ਆਏ ਨੀ ਸੀਗਾ ਵੀ ਇਹਦੇ ਉੱਤੇ ਕੋਈ ਕ੍ਰਿਮੀਨਲ ਚਾਰਜ ਨੀ ਸੀਗੇ ਹਾਲਾਂਕਿ ਰਾਸ਼ਟਰਪਤੀ ਟਰੰਪ ਲਗਾਤਾਰ ਇਹ ਕਹਿ ਰਹੇ ਨੇ ਵੀ ਜਿਹੜੇ ਕ੍ਰਿਮੀਨਲ ਚਾਰਜਸ ਵਾਲੇ ਵਿਅਕਤੀ ਨੂੰ ਸਿੱਧਾ ਰਿਪੋਰਟ ਕਰ ਦਿੱਤਾ ਜਾਏਗਾ ਜਦੋਂ ਇਹਨਾਂ ਦੀ ਕਹਿੰਦੇ ਹਿਸਟਰੀ ਦੇਖੀ ਗਈ ਤਾਂ ਦੋ DUI ਦੇ ਰੈਕਰਡਸ ਇਹਨਾਂ ਦੇ ਨਾਮ ਸੀ ਸੋ ਆਈ ਗੈਸ ਉਸ ਨੂੰ ਕ੍ਰਿਮੀਨਲ ਨਹੀਂ ਇੱਕ ਜਿਹੜੀ ਫੈਲਨੀ ਸ਼ਾਇਦ ਮੰਨੀ ਜਾਂਦੀ ਹੈ ਤਾਂ ਕਰਕੇ ਇਸ ਦੇ ਕੁਛ ਗੁੱਡ ਬਿਹੇਵੀਅਰ ਕਰਕੇ ਇਸ ਦਾ ਸੂਤ ਆ ਗਿਆ ਚੰਗਾ ਰਹਿ ਗਿਆ ਤੇ ਮੈਂ ਅੱਜ ਆਪਾਂ ਸਵੇਰ ਦੇ ਪ੍ਰੋਗਰਾਮ 'ਚ ਕਹਿ ਰਹੇ ਸੀ ਵੀ ਸ਼ਾਇਦ ਕੈਲੀਫੋਰਨੀਆ ਦੇ ਵਿੱਚ ਜਿਹੜੇ ਆਈਸ ਵਾਲੇ ਬਹੁਤੇ ਜਿਹੜੇ ਜੀ ਜ਼ਿਆਦਾ ਨਹੀਂ ਇੰਨਾ ਜ਼ੋਰ ਪਾ ਰਹੇ ਪਰ ਗੱਲ ਇਹ ਹੈਗੀ ਆ ਵੀ ਏਦਾਂ ਦੀ ਗੱਲ ਨਹੀਂ ਆਈਸ ਵਾਲੇ ਕਹਿੰਦੇ ਆ ਵੀ ਇੱਥੇ ਵੀ ਜ਼ੋਰ ਲਾ ਰਹੇ ਸਾਡੇ ਇੱਕ ਕਾਲਰ ਜਿਹੜੇ ਸੀਗੇ ਉਹਨਾਂ ਨੇ ਸਾਨੂੰ ਕਾਲ ਕਰਕੇ ਯੂਬਾ ਸਿਟੀ ਦਾ ਦੱਸਿਆ ਕਹਿੰਦੇ ਵੀ ਉੱਥੇ ਇੱਕ ਐਨਾ ਸਟਰੀਟ ਹੈਗੀ ਆ ਉੱਥੇ ਉਹਨਾਂ ਨੇ ਖੁਦ ਸੈਰ ਕਰਦੇ ਹੋਏ ਦੇਖਿਆ ਵੀ ਜਿਹੜੇ ਕਈ ਆਈਸ ਏਜੰਟ ਦੀਆਂ ਗੱਡੀਆਂ ਉੱਥੇ ਆਈਆਂ ਇੱਕ ਘਰ ਦੇ ਬਾਹਰ ਹਾਰਨ ਮਾਰਦੇ ਰਹੇ ਟੱਲੀ ਖੜਕਾਉਂਦੇ ਰਹੇ ਕੋਈ ਬਾਹਰ ਨਹੀਂ ਆਇਆ ਕਿਉਂਕਿ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਵੀ ਇਹ ਆਈਸ ਵਾਲੇ ਹੋ ਸਕਦੇ ਆ ਕਹਿੰਦੇ ਫਿਰ ਉਹ ਜਾ ਕੇ ਨੁੱਕਰ ਦੇ ਘਰ ਦੇ ਜਿਹੜੇ ਉਹ ਖੜ ਗਏ ਵੀ ਜਦੋਂ ਬਾਹਰ ਆਉਂਦੇ ਅਸੀਂ ਉਹਨਾਂ ਨੂੰ ਦਬੋਚਦੇ ਹਾਂ ਪਰ ਕੋਈ ਨਾ ਘਰ ਦੇ ਬਾਹਰ ਆਉਣ ਕਰਕੇ ਜਿਹੜੇ ਆਈਸ ਵਾਲੇ ਉੱਥੋਂ ਖਾਲੀ ਹੱਥ ਜਿਹੜੇ ਜੀ ਉੱਥੋਂ ਉਹਨਾਂ ਨੂੰ ਮੁੜਨਾ ਪਿਆ ਪਰ ਰਹਿ ਰਹਿ ਕੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਜਿਹੜਾ ਇੱਕ ਡਰ ਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਆ ਸੈਨ ਹੋਜ਼ੇ ਦੀ ਗੱਲ ਕਰੀਏ ਅੱਜ ਸੈਨ ਹੋਜ਼ੇ ਦੇ ਪੁਲਿਸ ਚੀਫ ਆ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਆਈਸ ਵਾਲਿਆਂ ਦੇ ਨਾਲ ਗੱਲ ਕੀਤੀ ਆ ਜਿਹੜੇ ਖਾਸ ਕਰਕੇ ਜਿਹੜੇ ਹਿਸਪੈਨਿਕ ਡਿਸੈਂਟ ਵਾਲੇ ਇੱਥੇ ਹੈਗੇ ਨੇ ਮੈਕਸੀਕਨ ਇਮੀਗ੍ਰੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਇੱਕ ਧਰਵਾਸ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਤੁਹਾਡੇ ਇਸ ਦੇ ਵਿੱਚ ਹੈਲਪ ਨਹੀਂ ਕਰਾਂਗੇ ਪਰ ਆਈਸ ਵਾਲਿਆਂ ਨੇ ਅੱਗੋਂ ਇਹ ਜਵਾਬ ਦਿੱਤਾ ਆ ਦੇਖੋ ਜੀ ਅਸੀਂ ਹੈਗੇ ਆ ਫੈਡਰਲ ਏਜੰਟ ਬਿਲਕੁਲ ਜੀ ਪੂਰੀ ਅਮਰੀਕਾ ਦੀ ਜਿਹੜਾ ਏਰੀਆ ਆ ਪੂਰਾ ਅਮਰੀਕਾ ਦੀ ਜਿਹੜੀ ਧਰਤੀ ਆ ਉਹ ਸਾਡੇ ਜੂਰਿਸਡਿਕਸ਼ਨ ਦੇ ਅੰਡਰ ਆਉਂਦੀ ਆ ਜੇ ਕੋਈ ਇੱਥੇ ਸਾਨੂੰ ਅਨਡਾਕੂਮੈਂਟਡ ਇਮੀਗ੍ਰੈਂਟ ਮਿਲਦਾ ਆ ਜੇ ਅਸੀਂ ਉਸ ਨੂੰ ਫੜਦੇ ਆ ਡਿਟੈਂਸ਼ਨ ਸੈਂਟਰ ਦੇ ਵਿੱਚ ਘੱਲਦੇ ਆ ਤਾਂ ਤੁਸੀਂ ਉਸ ਦੇ ਵਿੱਚ ਰੋਕ ਨਹੀਂ ਸਕਦੇ ਹਾਂ ਤੁਸੀਂ ਸਾਡੀ ਨਹੀਂ ਮਦਦ ਕਰਨੀ ਨਾ ਕਰੋ ਪਰ ਅਸੀਂ ਆਪਣਾ ਕੰਮ ਜਿਹੜਾ ਆ ਉਹ ਕਰਦੇ ਰਵਾਂਗੇ ਸੋ ਜਿਹੜਾ ਸੈਨ ਹੋਜ਼ੇ ਦੇ ਵਿੱਚ ਕਿਉਂਕਿ ਇੱਥੇ ਬਹੁਤ ਵਸੋਂ ਜਿਹੜੀ ਆ ਹਿਸਪੈਨਿਕਸ ਦੀ ਆ ਮੈਕਸੀਕਨ ਜਿਹੜੇ ਡਿਸੈਂਟ ਵਾਲੇ ਲੋਕਾਂ ਦੀ ਆ ਇੱਥੇ ਵੀ ਇੱਕ ਡਰ ਦਾ ਤੇ ਸਹਿਮ ਦਾ ਮਾਹੌਲ ਜਿਹੜਾ ਆ ਉਹ ਬਣਿਆ ਹੋਇਆ ਆ ਬਿਲਕੁਲ ਤੇ ਇੱਕ ਜਿਹੜੀ ਜੀ ਲਗਾਤਾਰ ਰਾਜੀ ਆਪਾਂ ਵੇਖੀਏ ਆਈਸ ਦੀਆਂ ਰੇਡ ਸ਼ੁਰੂ ਹੋਈਆਂ ਉਸ ਤੋਂ ਬਾਅਦ ਇੱਕ ਫਰੋਡ ਸਕੈਮ ਸਕੈਮਰ ਦੇ ਜਿਹੜੇ ਉਹ ਐਕਟਿਵ ਹੋਏ ਪਏ ਆ ਬਹੁਤ ਜ਼ਿਆਦਾ ਸਕੈਮ ਲੋਕਾਂ ਨਾਲ ਕਰ ਰਹੇ ਆ ਹੋ ਸਕਦਾ ਆਪਣੀ ਕਮਿਊਨਿਟੀ ਦੇ ਕੋਲ ਵੀ ਕਾਲਸ ਆਉਂਦੀਆਂ ਹੁਣ ਕਈ ਵਾਰ ਲੋਕ ਡਰ ਦੇ ਮਾਰੇ ਦੱਸਦੇ ਨੀਗੇ ਜੇ ਤੁਹਾਡੇ ਕੋਲ ਬਿਲਕੁਲ ਪੈਸੇ ਲੈਣ ਦੀ ਕੁਝ ਵੀ ਗੱਲਬਾਤ ਕਰਦਾ ਕੋਈ ਠੱਗੀ ਠੋਰੀ ਦੀ ਗੱਲਬਾਤ ਕਰਦਾ ਆਈਸ ਦਾ ਏਜੰਟ ਬਣ ਕੇ ਗੱਲਬਾਤ ਕਰਦਾ ਉਸ ਦੀਆਂ ਗੱਲਾਂ ਦੇ ਵਿੱਚ ਬਿਲਕੁਲ ਨਾ ਆਓ ਚਾਹੇ ਤੁਹਾਡੇ ਕੋਲ ਜਿਹੜੇ ਡਾਕੂਮੈਂਟ ਹੈਗੇ ਆ ਚਾਹੇ ਡਾਕੂਮੈਂਟ ਨਹੀਂ ਗੇ ਕਿਉਂਕਿ ਜੇਕਰ ਤੁਹਾਡੇ ਕੋਲ ਡਾਕੂਮੈਂਟ ਹੈਗੇ ਆ ਫਿਰ ਤੁਹਾਡਾ ਕੋਈ ਕੁਝ ਕਰ ਨਹੀਂ ਸਕਦਾ ਤੇ ਜੇ ਤੁਹਾਡੇ ਕੋਲ ਡਾਕੂਮੈਂਟ ਨਹੀਂ ਗਏ ਤਾਂ ਉਹ ਵੀ ਤੁਹਾਡੇ ਤੋਂ ਪੈਸੇ ਦੀ ਭਾਲ ਨਹੀਂ ਕਰਨਗੇ ਆਈਸ ਵਾਲੇ ਸੋ ਬਿਲਕੁਲ ਉਹ ਜਿਹੜੇ ਸਕੈਮਰਸ ਨੇ ਉਹਨਾਂ ਨੂੰ ਆਪਣੀ ਜਿਹੜੀ ਜੀ ਤੁਸੀਂ ਕਮਾਈ ਇਕੱਠੀ ਕੀਤੀ ਹੈ ਇੱਥੇ ਮਿਹਨਤ ਦੀ ਉਹ ਉਹਨਾਂ ਦੇ ਹੱਥਾਂ ਦੇ ਵਿੱਚ ਨਾ ਜਾਣ ਦਿਓ ਬਿਲਕੁਲ ਤੇ ਇਹੀ ਨਹੀਂ ਇੱਕ ਹੋਰ ਜਿਹੜੀ ਇੱਕ ਕਾਫੀ ਵੱਡੀ ਕੰਪਨੀ ਆ ਜਿਹੜੀ ਅਰਥ ਮੂਵਰਸ ਦੇ ਵਿੱਚ ਕੰਪਨੀ ਆਉਂਦੀ ਇੱਕ ਕੈਟਰਪਿਲਰ ਕੰਪਨੀ ਆ ਜਿਹਨਾਂ ਦੇ ਬਹੁਤ ਵੱਡੇ ਵੱਡੇ ਜਿਹੜੇ ਕਹਿ ਲਓ ਵੀ ਟਰੱਕ ਆ ਅਰਥ ਮੂਵਿੰਗ ਕੰਪਨੀ ਆ ਉਸ ਦੇ ਕਹਿੰਦੇ ਜਿਹੀ ਆਫਿਸ ਦੇ ਉੱਤੇ ਆਈਸ ਵਾਲਿਆਂ ਨੇ ਛਾਪਾ ਮਾਰ ਦਿੱਤਾ
ਉਹ ਜਦੋਂ ਖਬਰ ਮਿਲੀ ਤੇ ਉਹਦੇ ਕਰਕੇ ਉਹਨਾਂ ਨੂੰ ਸਟਾਕ ਦੇ ਵਿੱਚ ਖਾਸਾ ਨੁਕਸਾਨ ਜਿਹੜਾ ਆ ਉਹ ਵੀ ਝੱਲਣਾ ਪਿਆ। ਉਹਨਾਂ ਦਾ ਜਿਹੜਾ ਹੈੱਡਕੁਆਰਟਰ ਇਲਨੋਇਸ ਦੇ ਵਿੱਚ ਹੈਗਾ ਆ, ਉੱਥੇ ਜਿਹੜਾ ਆਈਸ ਵਾਲਿਆਂ ਨੇ ਜਿਹੜਾ ਛਾਪਾ ਮਾਰਨ ਨੂੰ ਜਿਹੜਾ ਉਹ ਨੁਕਸਾਨ ਜਿਹੜਾ ਉਹ ਝੱਲਣਾ ਪਿਆ ਆ। ਜਗਮੋਹਨ ਜੀ, CNBC ਨੂੰ ਉਹਨਾਂ ਨੇ ਜਿਹੜੀ ਆ ਗੱਲਬਾਤ ਕਰਦੇ ਹੋਏ ਦੱਸਿਆ, ਉਹਨਾਂ ਨੇ ਪੁਸ਼ਟੀ ਕੀਤੀ, US ਅਟਾਰਨੀ ਆਫਿਸ ਨੇ ਵੀ ਪੁਸ਼ਟੀ ਕੀਤੀ ਵੀ ਹਾਂ ਇੱਦਾਂ ਦਾ ਜਿਹੜਾ ਉਹਨਾਂ ਨੇ ਛਾਪਾ ਜਿਹੜਾ ਮਾਰਿਆ ਆ। ਇਸ ਕਰਕੇ 4% ਤੋਂ ਵੱਧ ਜਿਹੜਾ ਉਹਨਾਂ ਦਾ ਸਟਾਕ ਆ ਉਹ ਡਿੱਗ ਗਿਆ ਤੇ ਲਗਾਤਾਰ ਜਿਹੜਾ ਉਹ ਡਿੱਗ ਰਿਹਾ ਸੀ। ਦੇਖੋ, ਇੱਕ ਤਾਂ ਆਈਸ ਵਾਲਿਆਂ ਨੇ ਬੰਦੇ ਫੜੇ ਜਿਹੜੇ ਉੱਥੇ ਤੁਹਾਡੇ ਕੰਮ ਕਰਦੇ ਸੀ, ਤੁਹਾਡੀ ਰੋਜ਼ਮਰਾ ਦਾ ਦੇਖੋ ਕੰਪਨੀ ਨੂੰ ਅੱਗੇ ਵਧਾਉਣ ਦੇ ਵਿੱਚ ਉਹਨਾਂ ਦਾ ਪੂਰਾ ਯੋਗਦਾਨ ਸੀਗਾ। ਉਹਦੇ ਨਾਲ ਨਾਲ ਤੁਹਾਨੂੰ ਫਾਈਨੈਂਸ਼ੀਅਲੀ ਆਰਥਿਕ ਤੌਰ ਦੇ ਉੱਤੇ ਵੀ ਜਿਹੜਾ ਨੁਕਸਾਨ ਜਿਹੜਾ ਆ ਉਹ ਝੱਲਣਾ ਪੈ ਰਿਹਾ ਹੈ। ਬਹੁਤ ਸਾਰੇ ਸਰੋਤੇ ਸਾਡੇ ਲਗਾਤਾਰ ਫੇਸਬੁੱਕ ਦੇ ਉੱਤੇ ਵੀ ਜੁੜੇ ਹੋਏ ਨੇ, ਉਹਨਾਂ ਨੂੰ ਵੀ ਜੀਆਂ ਨੂੰ ਜਿਹੜੇ ਜੀ ਸਤਿ ਸ਼੍ਰੀ ਅਕਾਲ ਬੁਲਾਉਣੇ ਆ। ਤੇਰਾ ਜੀ, ਇੱਕ ਥੋੜੀ ਖਬਰ ਸਕੈਮ ਨੂੰ ਲੈ ਕੇ ਮੈਂ ਹੋਰ ਸਾਂਝੀ ਕਰਨੀ ਸੀਗੀ। ਸਾਡੇ ਸਰੋਤੇ ਦੀ ਕਾਲ ਆਈ ਸੀ ਉਬਰ ਦੇ ਵਿੱਚ ਕਰਦੇ ਨੇ ਆਪਣੀ ਉਬਰ ਚਲਾਉਂਦੇ ਨੇ ਡਰਾਈਵਰ ਨੇ, ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਕਾਲ ਆਈ ਕਿ ਉਹਨਾਂ ਦਾ ਅਕਾਊਂਟ ਨੂੰ ਜਿਹੜਾ ਜੀ ਹੁਣ ਆਫਲਾਈਨ ਕਰ ਦਿੱਤਾ ਜਾਊਗਾ, ਕੁਝ ਜਿਹੜਾ ਜੀ ਪੇਪਰ ਵਰਕ ਦੇ ਵਿੱਚ ਜਾਂ ਕੁਝ ਵੀ ਉਹਨਾਂ ਨੇ ਕਹਿਤਾ ਵੀ ਬੈਂਕ ਅਕਾਊਂਟ ਦੇ ਵਿੱਚ ਜਿਹੜਾ ਜੀ ਪ੍ਰੋਬਲਮ ਹੈ। ਉਹਨਾਂ ਨੇ ਗਲਤੀ ਦੇ ਨਾਲ ਆਪਣਾ ਜਿਹੜਾ ਜੀ ਉਹਨਾਂ ਨੂੰ ਯੂਜ਼ਰ ਨੇਮ ਪਾਸਵਰਡ ਸ਼ੇਅਰ ਕਰ ਦਿੱਤੇ ਤੇ ਹੋਇਆ ਕਿ ਨੈਕਸਟ ਦਿਨ ਫਿਰ ਉਹਨੂੰ ਇਹੀ ਕਾਲ ਆਈ। ਉਹ ਕਹਿੰਦਾ ਵੀ ਮੈਨੂੰ ਆਫਲਾਈਨ ਵੀ ਕਰ ਦਿੱਤਾ ਗਿਆ ਤੇ ਸ਼ਾਇਦ ਉਹਨਾਂ ਨੂੰ ਐਂ ਲੱਗਿਆ ਭਰੋਸਾ ਹੋ ਗਿਆ ਵੀ ਉਬਰ ਵਾਲੇ ਆਫੀਸ਼ੀਅਲੀ ਕਰ ਰਹੇ ਜਿਹੜਾ ਮੈਂ ਆਫਲਾਈਨ ਹੋ ਗਿਆ। ਪਰ ਹੋਇਆ ਕਿ ਕ੍ਰੈਡੈਂਸ਼ੀਅਲ ਦੇ ਤੇ ਤਾਂ ਉਹਨਾਂ ਨੇ ਜਿਹੜਾ ਜੀ ਪਿੱਛੋਂ ਕ੍ਰੈਡੈਂਸ਼ੀਅਲ ਕਿਉਂਕਿ ਆ ਗਏ ਉਹਨਾਂ ਨੇ ਆਪ ਹੀ ਫਿਰ ਬੈਕ ਐਂਡ ਤੇ ਆਪਣੇ ਆਪ ਹੀ ਹੈਕਰਸ ਨੇ ਉਹਨਾਂ ਨੂੰ ਸਕੈਮਰਸ ਨੇ ਆਫਲਾਈਨ ਕਰ ਦਿੱਤਾ। ਆਫਲਾਈਨ ਉਹਨਾਂ ਨੇ ਕਰਤਾ ਇਹੀ ਨਹੀਂ, ਉਹਨਾਂ ਦੇ ਅਕਾਊਂਟ ਦੇ ਵਿੱਚੋਂ ਪੈਸੇ ਕੱਢ ਕੇ ਆਪਣੇ ਅਕਾਊਂਟ ਦੇ ਵਿੱਚ ਪਾ ਲਏ। ਤੇ ਜਦੋਂ ਨੈਕਸਟ ਡੇ ਉਬਰ ਦੇ ਆਫਿਸ ਦੇ ਵਿੱਚ ਗਏ ਵੀ ਮੇਰੇ ਪੈਸੇ ਜਿਹੜੇ ਜੀ ਨਹੀਂ ਆਏ ਇਸ ਵੀਕ ਦੇ, ਤਾਂ ਉਹਨਾਂ ਨੇ ਦੱਸਿਆ ਵੀ ਅਸੀਂ ਕਿਸੇ ਵੀ ਤਰੀਕੇ ਦੀ ਕਾਲ ਜਿਹੜੇ ਤੁਹਾਨੂੰ ਨਹੀਂ ਕਰਦੇ ਆ ਤੇ ਨਾ ਹੀ ਅਸੀਂ ਕੋਈ ਕਾਲ ਕੀਤੀ, ਇਹ ਤੁਹਾਡਾ ਕਿਸੇ ਨੇ ਜਿਹੜੇ ਜੀ ਅਕਾਊਂਟ ਇਨਫੋਰਮੇਸ਼ਨ ਚੋਰੀ ਕਰਕੇ ਇਹ ਹਰਕਤ ਕੀਤੀ ਹੈ, ਅਸੀਂ ਪਤਾ ਕਰ ਰਹੇ। ਪਰ ਤੇ ਇਹ ਅਸੀਂ ਜਿਹੜਾ ਜੀ ਆਪਣੇ ਪੰਜਾਬੀ ਰੇਡੀਓ USA ਦੇ ਰਾਹੀਂ ਮੈਸੇਜ ਦੇਣਾ ਚਾਹੁੰਦੇ ਹਾਂ, ਲਗਾਤਾਰ ਸਕੈਮਰ ਜਿਹੜੇ ਐਕਟਿਵ ਹੋ ਜਾਂਦੇ ਆ, ਜਦੋਂ ਵੀ ਖਬਰਾਂ ਬਣਦੀਆਂ ਤੇ ਸਕੈਮਰਸ ਤੋਂ ਬਚੋ ਬਿਲਕੁਲ। ਜਿੰਨਾ ਚਿਰ ਤੁਸੀਂ ਪੂਰਾ ਸ਼ਿਓਰ ਨਹੀਂ ਵੀ ਤੁਸੀਂ ਉਸੇ ਆਫੀਸ਼ੀਅਲ ਨਾਲ ਗੱਲ ਕਰ ਰਹੇ ਹੋ, ਉਹਨਾਂ ਚਿਰ ਕੋਈ ਵੀ ਕਿਸੇ ਨੂੰ ਵੀ ਆਪਣੀ ਜਿਹੜੀ ਅਕਾਊਂਟ ਇਨਫੋਰਮੇਸ਼ਨ ਦੇਣ ਦੀ। ਦੇਖੋ ਜੀ, ਪਾਸਵਰਡ ਤਾਂ ਕਦੀ ਵੀ ਕਿਸੇ ਨੂੰ ਨਹੀਂ ਦੇਣਾ, SSN ਉਹ ਵੀ ਕਦੀ ਕਿਸੇ ਨੂੰ ਨਹੀਂ ਜਿਹੜਾ ਉਹ ਤੁਸੀਂ ਦੇਣਾ। ਜਦੋਂ ਤੁਹਾਨੂੰ ਕਾਲ ਆ ਕੇ ਕਵੇ ਵੀ ਤੁਹਾਡਾ ਅਸੀਂ ਕੇਸ ਦਾ ਨਿਪਟਾਰਾ ਕਰ ਦਿਆਂਗੇ, ਤੁਹਾਨੂੰ ਅਸੀਂ ਫੜਾਂਗੇ ਨਹੀਂ, ਅਸੀਂ ਇੱਦਾਂ ਕਰ ਦਿਆਂਗੇ ਉੱਦਾਂ ਕਰ ਦਿਆਂਗੇ, ਜਿਸ ਦੇ ਵਿੱਚ ਪੈਸੇ ਦੀ ਮੰਗ ਹੋਵੇ, ਉੱਥੋਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਵੀ ਸਿੱਧੇ ਤੌਰ ਦੇ ਉੱਤੇ ਜਿਹੜੇ ਆ ਤੁਹਾਨੂੰ ਸਕੈਮ ਕਰਨ ਦੀ ਕੋਸ਼ਿਸ਼ ਆ। ਹਾਂ, ਕਈ ਵਾਰੀ ਇਹ ਹੁੰਦਾ ਵੀ ਬਿੱਲ ਨਹੀਂ ਦਿੱਤਾ ਹੁੰਦਾ, ਉਹਦੇ ਲਈ ਤੁਹਾਨੂੰ ਉਹ ਕਹਿੰਦੇ ਨੇ ਵੀ ਤੁਹਾਡਾ ਬਿੱਲ ਡਿਊ ਆ ਤੇ ਉਹ ਤੁਸੀਂ ਬਿੱਲ ਦੇ ਦਿਓ, ਉਹ ਜਿਹੜੀ ਰਿਕਵਰੀ ਵਾਲੀ ਜਿਹੜੀ ਕਾਲ ਆ ਉਹ ਡਿਫਰੈਂਟ ਹੁੰਦੀ ਆ, ਉਹ ਤੁਹਾਨੂੰ ਜਿਹੜਾ ਆਪ ਦੇਖਣਾ ਪਵੇਗਾ। ਪਰ ਤੁਹਾਡੇ ਲੀਗਲ ਸਟੇਟਸ ਨੂੰ ਲੈ ਕੇ ਕੋਈ ਪੈਸੇ ਦੀ ਮੰਗ ਕਰ ਰਿਹਾ ਤੇ ਉਸ ਦੇ ਵਿੱਚ ਸਕੈਮ ਹੀ ਜਿਹੜਾ ਆ ਉਹ ਜੁੜਿਆ ਹੋਵੇਗਾ। ਕਿਸੇ ਨੇ ਸਾਨੂੰ ਹੁਣੇ ਫੇਸਬੁੱਕ ਦੇ ਉੱਤੇ ਕਮੈਂਟ ਵੀ ਕੀਤਾ ਵੀ ਉਹਨਾਂ ਦੇ ਹਸਬੈਂਡ ਦੇ ਅਕਾਊਂਟ ਦੇ ਵਿੱਚੋਂ ਵੀ ਇਸੇ ਤਰੀਕੇ ਦੇ ਨਾਲ ਕਿਸੇ ਨੇ ਪੈਸੇ ਕਢਵਾ ਲਏ ਸੀਗੇ। ਬਿਲਕੁਲ, ਸੋ ਬਚ ਕੇ ਰਹੋ, ਬਚ ਕੇ ਆਪਣੀ ਮਿਹਨਤ ਦੀ ਕਮਾਈ ਜਿਹੜਾ ਜੀ ਆਪਣੇ ਕੋਲ ਰੱਖੋ, ਕਿਸੇ ਨੂੰ ਅਜਾਈ ਨਾ ਜਾਣ ਦਿਓ, ਨਾ ਜਾਣ ਦਿਓ। ਸੋ ਅਗਲੀ ਆਪਾਂ ਜੇ ਗੱਲ ਹੁਣ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਖਬਰਾਂ ਦੇ ਉੱਤੇ ਗੱਲ ਕਰੀਏ, ਯੂਰਪੀਅਨ ਯੂਨੀਅਨ ਦੇ ਨਾਲ ਜਿਹੜੀ ਜੁੜੀ ਹੋਈ ਗੱਲ ਆ। ਆਪਾਂ ਜਿਸ ਤਰੀਕੇ ਨਾਲ ਦੇਖ ਰਹੇ ਹਾਂ ਜਗਮੋਹਨ ਜੀ, ਵੀ ਪੂਰੇ ਵਿਸ਼ਵ ਦੇ ਵਿੱਚ ਇੱਕ ਰਾਸ਼ਟਰਵਾਦ ਦੀ ਜਿਹੜੀ ਲਹਿਰ ਆ ਉਹ ਚੱਲ ਰਹੀ ਆ, ਤੇ ਉਸ ਦੇ ਵਿੱਚ ਜਿਹੜੇ ਯੂਰਪੀਅਨ ਯੂਨੀਅਨ ਵਾਲੇ ਵੀ ਕਿਤੇ ਨਾ ਕਿਤੇ ਸ਼ਾਮਿਲ ਹੁੰਦੇ ਨਜ਼ਰ ਆ ਰਹੇ ਆ, ਕਿਉਂਕਿ ਅਮਰੀਕਾ ਤੇ UK ਦੇ ਜਿਹੜੇ ਲੋਕ ਸੀਗੇ, ਨਿਵਾਸੀ ਸੀ, ਜਦੋਂ ਵੀ ਇੱਕ ਦੂਜੇ ਦੇ ਮੁਲਕਾਂ ਦੇ ਵਿੱਚ ਜਾਂਦੇ ਸੀ ਉਹਨਾਂ ਨੂੰ ਵੀਜ਼ਿਆਂ ਦੀ ਜ਼ਰੂਰਤ ਨਹੀਂ ਸੀ, ਪਾਸਪੋਰਟ ਦੇ ਉੱਤੇ I think ਔਨ ਅਰਾਈਵਲ ਵੀਜ਼ਾ ਸ਼ਾਇਦ ਜਿਹੜਾ ਉਹਨਾਂ ਨੂੰ ਮਿਲ ਜਾਂਦਾ ਸੀ, ਜਾਂ ਪਹਿਲਾਂ ਤੁਸੀਂ ਅਪਲਾਈ ਕਰੋ ਆਨਲਾਈਨ ਹੀ ਸਾਰਾ ਕੁਝ ਤੁਹਾਡਾ ਹੋ ਜਾਂਦਾ ਸੀ। ਪਰ ਯੂਰਪੀਅਨ ਯੂਨੀਅਨ ਨੇ ਇੱਕ ਮੱਦ ਜਿਹੜੀ ਆ ਪਾਈ ਆ, ਇੱਕ ਮੰਗ ਕੀਤੀ ਆ ਵੀ ਹੁਣ ਜਿਹੜਾ ਵੀ ਕੋਈ ਅਮਰੀਕਾ ਦਾ ਨਿਵਾਸੀ ਸਿਟੀਜਨ ਯੂਰਪ ਦੇ ਵਿੱਚ ਘੁੰਮਣ ਫਿਰਨ ਦੇ ਲਈ ਆਉਣਾ ਹੋਵੇ ਜਾਂ ਕਿਸੇ ਕੰਮ ਦੇ ਵੀ ਆਉਣਾ ਹੋਵੇ, ਉਹਨਾਂ ਦੇ ਲਈ ਵੀਜ਼ੇ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਲਾਗੂ ਕੀਤੀ ਜਾਵੇ। ਕਿਉਂ ਕੀਤੀ ਜਾਵੇ? ਕਿਉਂਕਿ USA ਜਿਵੇਂ ਰਾਸ਼ਟਰਪਤੀ ਟਰੰਪ ਵੀ ਲਗਾਤਾਰ ਕਹਿ ਰਹੇ ਨੇ ਵੀ ਜਿਹੜੇ ਵੀਜ਼ਾ ਲਾਅ ਸਟ੍ਰਿਕਟ ਕਰਨੇ ਆ, ਤੇ ਆਲਰੇਡੀ ਕਹਿੰਦੇ ਕਈ ਯੂਰਪੀਅਨ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਸਾਈਪ੍ਰਸ, ਪੋਲੈਂਡ, ਰੋਮਾਨੀਆ, ਕ੍ਰੋਏਸ਼ੀਆ, ਬਲਗੇਰੀਆ, ਇਹਨਾਂ ਦੇ ਜਿਹੜੇ ਨਿਵਾਸੀ ਆ ਉਹਨਾਂ ਨੂੰ US ਆਉਣ ਦੇ ਲਈ ਵੀਜ਼ਾ ਲੈਣਾ ਪੈਂਦਾ, ਤੇ ਹੋਰ ਵੀ ਕਹਿੰਦੇ ਕਈ ਜਿਹੜੇ ਜੀ ਯੂਰਪੀਅਨ ਦੇਸ਼ ਆ ਉਹਨਾਂ ਦੇ ਉੱਤੇ ਸਟ੍ਰਿਕਟ ਕਰਨ ਜਾ ਰਹੇ ਆ US ਵਾਲੇ ਰੂਲ ਵੀ, ਉਹਨਾਂ ਨੂੰ ਵੀਜ਼ਾ ਲੈਣਾ ਪਵੇ, ਖਾਸ ਕਰਕੇ ਕਿਉਂਕਿ ਰਾਸ਼ਟਰਪਤੀ ਟਰੰਪ ਨੇ ਕਿਹਾ ਜਿਹੜੇ ਰਿਫਿਊਜੀ ਜਾਂ ਉਧਰੋਂ ਟੈਰਰਿਸਟ ਆਉਂਦੇ ਆ ਉਹਨਾਂ ਦੇਸ਼ਾਂ ਦੇ ਰਾਹੀਂ, ਕਿਉਂਕਿ ਉਹਨਾਂ ਨੂੰ ਮਿਡਲ ਈਸਟ ਨੇੜੇ ਪੈਂਦਾ। ਸੋ ਇਸ ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਯੂਰਪੀਅਨ ਜਿਹੜੇ ਜੀ ਉਹ ਦੇਸ਼ ਵੀ ਖਫਾ ਨੇ, ਉਹ ਕਹਿੰਦੇ ਵੀ ਜੇ ਤੁਸੀਂ ਸਾਡੇ ਦੇਸ਼ 'ਚ ਫ੍ਰੀ ਆ ਸਕਦੇ ਹੋ
ਜੇ ਤੁਸੀਂ ਸਾਨੂੰ ਫ੍ਰੀ ਜਾਣ ਦੀ ਇਜਾਜ਼ਤ ਨਹੀਂ ਦੇਣੀ ਤਾਂ ਅਸੀਂ ਵੀ ਤੁਹਾਨੂੰ ਜਿਹੜੇ ਜੀ ਬਿਨਾਂ ਵੀਜ਼ਾ ਤੋਂ ਆਉਣ ਦੀ ਇਜਾਜ਼ਤ ਜਿਹੜੀ ਨਵੀਂ ਨਹੀਂ ਦੇਵਾਂਗੇ। ਇਸ ਦੀ ਮੰਗ ਉੱਠੀ ਹੈ, ਇਸ ਦੇ ਉੱਤੇ ਕੀ ਵੋਟਿੰਗ ਹੁੰਦੀ ਹੈ, ਕੀ ਪਾਸ ਹੁੰਦੇ, ਆਪਣੇ ਕੁਛ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਜਿਹੜਾ ਜੀ ਇਸ ਦੇ ਬਾਰੇ ਪਤਾ ਲੱਗ ਜਾਣਾ ਜੀ। ਤੇ ਜਗਮੋਹਨ ਜੀ, ਜੇ ਆਪਾਂ ਅਗਲੀ ਗੱਲ ਕਰੀਏ, ਸਵੀਡਨ ਤੋਂ ਜਿਹੜੀ ਉਹ ਆ ਰਹੀ ਆ, ਸਵੀਡਨ ਦੇ ਵਿੱਚ ਆਰਮੀ ਦੇ ਲਈ ਜਿਹੜੀ ਆ ਉਹ ਦੁਬਾਰਾ ਮੰਗ ਜਿਹੜੀ ਉੱਠੀ ਆ ਵੀ ਆਰਮੀ ਨੂੰ ਜਿਹੜਾ ਆ ਉਹ ਸਟਰੋਂਗ ਕੀਤਾ ਜਾਵੇ। ਜਿਹੜੇ ਸਾਰੇ MPs ਦੀ ਕਹਿੰਦੇ ਉਹਨਾਂ ਨੂੰ ਸਪੋਰਟ ਆ, ਤੇ 1 ਜਨਵਰੀ 2018 ਤੱਕ ਸਵੀਡਨ ਨੇ 4000 ਨਵੇਂ ਫੌਜੀ ਮਰਦ ਤੇ ਔਰਤ ਜਿਹੜੇ ਆ ਉਹਨਾਂ ਨੇ ਭਰਤੀ ਕਰਨੇ ਆ। ਪਾਲਿਸੀ ਕਹਿੰਦੇ ਆ ਵੀ ਉਹਨਾਂ ਦੇ ਉੱਤੇ ਲਾਗੂ ਹੋਣੀ ਆ ਜਿਹੜੇ 1999 ਤੋਂ ਬਾਅਦ ਦੇ ਵਿੱਚ ਉੱਥੇ ਜਿਹੜੇ ਜਨਮ ਹੋਇਆ ਹੈ ਉਹਨਾਂ ਦਾ, ਉਹਨਾਂ ਦੀ ਜਿਹੜੀ ਬਰਥ ਡੇਟ 1999 ਤੋਂ ਬਾਅਦ ਦੀ ਹੈ ਯੀਅਰ ਆ, ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਕੰਪਲਸਰੀ ਜਿਹੜੇ ਤਕਰੀਬਨ ਕਹਿੰਦੇ 18-19 ਹਜ਼ਾਰ ਜਿਹੜੇ ਨੌਜਵਾਨ ਇਸ ਦੇ ਘੇਰੇ ਦੇ ਵਿੱਚ ਆਉਣਗੇ ਉਹਨਾਂ ਨੂੰ ਜਿਹੜਾ ਆ ਉਹ ਮੰਗਿਆ ਜਾਵੇਗਾ, ਉਹਨਾਂ ਨੂੰ ਆਖਿਆ ਜਾਵੇਗਾ ਵੀ ਤੁਸੀਂ ਆਓ ਆਰਮੀ ਦੇ ਲਈ ਟੈਸਟ ਦਿਓ, ਤੇ ਉਹਨਾਂ ਦੇ ਵਿੱਚੋਂ 4000 ਲੋਕਾਂ ਨੂੰ ਫੌਜੀ ਭਰਤੀ ਕੀਤਾ ਜਾਵੇਗਾ ਤੇ ਬਾਕੀਆਂ ਨੂੰ ਜਿਹੜੀ ਇੱਕ ਟ੍ਰੇਨਿੰਗ ਆ ਕੁਛ ਚਿਰ ਦੀ ਜਿਹੜੀ ਟ੍ਰੇਨਿੰਗ ਆ ਉਹ ਸਾਰਿਆਂ ਨੂੰ ਹੀ ਜਿਹੜੀ ਉਹ ਕਰਨੀ ਪਵੇਗੀ। 2010 ਦੇ ਵਿੱਚ ਜਿਹੜਾ ਸਵੀਡਨ ਨੇ ਆਪਣਾ ਕੰਪਲਸਰੀ ਮਿਲਟਰੀ ਸਰਵਿਸ ਆ ਉਸ ਨੂੰ ਖਤਮ ਕਰ ਦਿੱਤਾ ਸੀ, ਰੱਦ ਕਰ ਦਿੱਤਾ ਸੀ। 6 ਸਾਲ ਬਾਅਦ ਜਿਹੜੀ ਆ ਮੁੜ ਕੇ ਦੁਬਾਰਾ ਉਹਨਾਂ ਨੇ ਇਸ ਚੀਜ਼ ਨੂੰ ਲਾਗੂ ਕੀਤਾ ਆ। ਕਹਿੰਦੇ ਵੀ ਪਹਿਲੋਂ ਵਾਲੰਟੀਅਰ ਇਨਫ ਮਿਲ ਜਾਂਦੇ ਸੀਗੇ ਉਸ ਇਲਾਕੇ ਦੇ ਵਿੱਚ ਸਵੀਡਨ ਦੇ ਵਿੱਚ ਫੌਜੀ ਕਾਰਵਾਈ ਦੇ ਲਈ, ਫੌਜੀ ਮਤਲਬ ਜਿਹੜੀ ਇੱਕ ਰੱਖਣ ਦੇ ਲਈ, ਪਰ ਹੁਣ ਜਿਹੜੀ ਆ ਉਹ ਘੱਟ ਗਈ ਆ, ਵਾਲੰਟੀਅਰ ਘੱਟ ਗਏ ਨੇ, ਜਿਸ ਕਰਕੇ ਉਹਨਾਂ ਨੂੰ ਦੁਬਾਰਾ ਇਹ ਮਦ ਜਿਹੜੀ ਆ ਉਹ ਰੀਨਿਊ ਜਿਹੜੀ ਇੱਕ ਹਿਸਾਬ ਦੇ ਨਾਲ ਕਰਨੀ ਪਈ। ਤੇ ਅਗਲੀ ਖਬਰ ਜਿਹੜੇ ਜੀ ਹੁਣ ਆਪਾਂ ਵਾਪਸ ਆਉਣੇ ਆ ਅਮਰੀਕਾ ਦੀ ਹੀ ਖਬਰ, ਇੱਕ ਬੋਇੰਗ ਕੰਪਨੀ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿ ਤਕਰੀਬਨ 1880 ਇੰਪਲਾਈਜ਼ ਨੂੰ ਵਲੰਟੀਅਰ ਤੌਰ ਦੇ ਉੱਤੇ ਅਸਤੀਫਾ ਜਿਹੜਾ ਜੀ ਦੇਣਾ ਪਿਆ। ਸੋ ਕਿਉਂਕਿ ਬੋਇੰਗ ਕੰਪਨੀ ਕਹਿੰਦੇ ਵੀ ਆਪਣੇ ਫੰਡ ਜਿਹੜੇ ਜੀ ਉਹ ਕੱਟ ਕਰ ਰਹੀ ਹੈ ਤੇ ਆਪਣੇ ਜਿਹੜੀ ਸੇਵਿੰਗ ਕਰਨ ਲਈ ਉਹਨਾਂ ਨੇ ਵਲੰਟੀਅਰ ਰਿਟਾਇਰਮੈਂਟ ਆਪਣੇ ਜਿਹੜੇ ਜੀ ਕਰਮਚਾਰੀ ਸੀ ਉਹਨਾਂ ਤੋਂ ਮੰਗੀ ਸੀ। ਸੋ ਉਸਦੇ ਵਿੱਚ 1880 ਜਿਹੜੇ ਜੀ ਟੋਟਲ ਇੰਪਲਾਈਜ਼ ਹੈ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੈ, ਜਿਨ੍ਹਾਂ ਦੇ ਵਿੱਚ ਦੱਸਿਆ ਆ ਰਿਹਾ ਜੀ 1200 ਵਾਈਟ ਕਾਲਰ ਜਿਹੜੀ ਜੀ ਯੂਨੀਅਨ ਜੋਬਸ ਵਾਲੇ ਸੀਗੇ ਤੇ ਬਾਕੀ ਜਿਹੜੀ ਜੀ ਦੂਸਰੇ ਵਾਲੰਟੀਅਰ ਲਈ ਉਹਨਾਂ ਨੇ ਲੇ ਆਫ ਜਿਹੜੀ ਆਪਣੇ ਆਪ ਨੂੰ ਕਰ ਲਈ ਹੋਈ ਆ। ਤੇ ਆਪਾਂ ਜਿਹੜਾ ਜੀ ਜਾਂਦੇ ਜਾਂਦੇ ਇੱਕ ਅਖੀਰਲੀ ਗੱਲ ਜਿਹੜੀ ਉਹ ਕਰਦੇ ਜਾਵਾਂਗੇ, ਜਿਹੜੇ ਇਸ ਟਾਈਮ ਉਪ ਰਾਸ਼ਟਰਪਤੀ ਨੇ ਮਾਈਕ ਪੈਂਸ, ਇੱਕ ਸਮੇਂ ਦੇ ਉੱਤੇ ਇੰਡੀਆਨਾ ਦੇ ਗਵਰਨਰ ਵੀ ਰਹੇ, ਕਹਿੰਦੇ ਜਦੋਂ ਇੰਡੀਆਨਾ ਦੇ ਗਵਰਨਰ ਸੀਗੇ ਉਹਨਾਂ ਨੇ ਵੀ ਹਿਲਰੀ ਕਲਿੰਟਨ ਵਾਂਗੂ ਇੱਕ ਜਿਹੜਾ ਈਮੇਲ ਵਰਤਦੇ ਸੀਗੇ ਉਹ ਪ੍ਰਾਈਵੇਟ ਈਮੇਲ ਜਿਹੜੀ ਉਹ ਯੂਜ਼ ਕਰਦੇ ਸੀਗੇ ਜਿਹੜੇ ਸਟੇਟ ਬਿਜ਼ਨਸ ਕਰਨ ਦੇ ਲਈ, ਯਾਨੀ ਕਿ ਅਧਿਕਾਰਿਤ ਜਿਹੜੇ ਕੰਮ ਕਰਨ ਦੇ ਲਈ। ਹੁਣੇ ਹੁਣੇ ਨਿਊਜ਼ ਜਿਹੜੀ ਬ੍ਰੇਕ ਹੋਈ ਆ ਉਸ ਦੇ ਵਿੱਚ ਉਹ ਕਹਿ ਰਹੇ ਆ ਵੀ ਉਪ ਰਾਸ਼ਟਰਪਤੀ ਜਦੋਂ ਇੰਡੀਆਨਾ ਦੇ ਗਵਰਨਰ ਰਹੇ ਉਹਨਾਂ ਦੀ ਜਿਹੜੀ ਪ੍ਰਾਈਵੇਟ ਈਮੇਲ ਸਰਵਰ ਸੀਗਾ ਉਹ ਹੈਕ ਹੋ ਗਿਆ ਸੀਗਾ। ਸੋ AOL ਦਾ ਅਕਾਊਂਟ ਜਿਹੜਾ ਜੀ ਵਰਤਦੇ ਸੀ, ਜੋ ਕਿ ਇਸ ਟਾਈਮ ਬਹੁਤ ਹੀ ਆਊਟਡੇਟਿਡ ਕੰਪਨੀ ਇੱਕ ਹਿਸਾਬ ਦੇ ਨਾਲ ਬਣ ਚੁੱਕੀ ਹੋਈ ਆ, ਤੇ ਉਸ ਦੇ ਵਿੱਚ ਇਹ ਚੀਜ਼ ਆਈ ਆ। ਮੈਂ ਕਾਫੀ ਹੈਰਾਨ ਆ ਵੀ ਇੱਕ ਐਥੀਕਲ ਇਨਸਾਨ ਮੰਨੇ ਜਾਂਦੇ ਆ, ਹਿਲਰੀ ਕਲਿੰਟਨ ਨੂੰ ਬਾਰ ਬਾਰ ਸਾਰੇ ਜਾਣੇ ਕਹਿੰਦੇ ਰਹੇ ਇਹਨਾਂ ਦੇ ਜਿਹੜੇ ਰਿਪਬਲਿਕਨ ਕਾਊਂਟਰ ਪਾਰਟ ਵੀ ਇਹ ਤੁਸੀਂ ਪ੍ਰਾਈਵੇਟ ਈਮੇਲ ਸਰਵਰ ਵਰਤਿਆ, ਬਿਲਕੁਲ ਗਲਤ ਗੱਲ ਆ, ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਆ, ਚਾਹੇ ਉਹ ਸੈਕਰਟਰੀ ਆਫ ਸਟੇਟ ਸੀਗੇ, ਹੁਣ ਚਾਹੇ ਕੋਈ ਜਗਮੋਹਨ ਜੀ ਸੈਕਰਟਰੀ ਆਫ ਸਟੇਟ ਆ, ਚਾਹੇ ਕੋਈ ਕਿਸੇ ਸਟੇਟ ਦਾ ਗਵਰਨਰ ਆ, ਪਰ ਫਿਰ ਵੀ ਇੱਕ ਚੀਜ਼ ਇਹ ਹੈਗੀ ਆ ਵੀ ਉਸਦੇ ਕਰਕੇ ਸਮੱਸਿਆ ਜਿਹੜੀ ਆ ਉਹ ਜ਼ਰੂਰ ਬਣਦੀ ਆ, ਉਹ ਪ੍ਰੋਬਲਮ ਜ਼ਰੂਰ ਆਉਂਦੀ ਆ, ਇਹ ਚੀਜ਼ ਕਰਨੀ ਨਹੀਂ ਚਾਹੀਦੀ ਜੀ। ਸੋ ਜਿਹੜੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਸੀਗੇ ਉਹਨਾਂ ਨੇ ਹੁਣ ਜਿਹੜਾ ਉਹ ਇੱਕ ਵਾਰੀ ਫਿਰ ਕਹਿ ਲਓ ਵੀ ਤੱਤੇ ਪਾਣੀ ਦੇ ਵਿੱਚ ਇਹ ਵੀ ਆ ਰਹੇ ਨੇ, ਕੋਈ ਨਾ ਕੋਈ ਕੰਟਰੋਵਰਸੀ ਇਸ ਟਾਈਮ ਜਿਹੜਾ ਟਰੰਪ ਪ੍ਰਸ਼ਾਸਨ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਝੱਲ ਹੀ ਰਿਹਾ ਆ। ਇਹ ਇੱਕ ਬੜੀ ਸਮੱਸਿਆ ਦੀ ਗੱਲ ਇਹਨਾਂ ਦੇ ਲਈ, ਟਰੰਪ ਪ੍ਰਸ਼ਾਸਨ ਦੇ ਲਈ ਬਣੀ ਹੋਈ ਆ। ਸੋ ਦੇਖਦੇ ਹਾਂ ਜਗਮੋਹਨ ਜੀ ਆਉਣ ਵਾਲਾ ਸਮਾਂ ਪੂਰੇ ਪ੍ਰਸ਼ਾਸਨ ਦੇ ਲਈ ਜਿਹੜਾ ਉਹ ਕਿੱਦਾਂ ਦਾ ਰਹੇਗਾ। ਤੇ ਜਾਂਦੇ ਜਾਂਦੇ ਜੇ ਇੱਕ ਇਮੀਗ੍ਰੇਸ਼ਨ ਦੀ ਹੁਣੇ ਹੁਣੇ ਇੱਕ ਮੈਨੂੰ ਖਬਰ ਹੋਰ ਮਿਲੀ ਆ, ਕਹਿੰਦੇ ਆਸਟਿਨ ਦੇ ਵਿੱਚ ਹੁਣ ਤੱਕ ਤਕਰੀਬਨ 50 ਤੋਂ ਵੱਧ ਬੰਦਿਆਂ ਨੂੰ, ਇੱਕ ਆਸਟਿਨ ਸ਼ਹਿਰ ਜਿਹੜਾ ਆ ਉਸ ਦੇ ਵਿੱਚ 50 ਤੋਂ ਵੱਧ ਬੰਦਿਆਂ ਨੂੰ ਇਮੀਗ੍ਰੇਸ਼ਨ ਦੀਆਂ ਆਈਸ ਦੀਆਂ ਰੇਡਸ ਦੇ ਵਿੱਚ ਹੁਣ ਤੱਕ ਡਿਟੇਨ ਜਿਹੜਾ ਆ ਕਰ ਲਿੱਤਾ ਗਿਆ ਆ। ਸੋ ਇਹ ਵੀ ਜਿਹੜੀ ਇੱਕ ਸਮੱਸਿਆ ਦੀ ਕਾਰਨ ਆ, ਖਾਸ ਕਰਕੇ ਮੈਂ ਇਹ ਜਿਹੜਾ ਇੱਕ ਕਹਿ ਲਓ ਵੀ ਦੇਖ ਰਹੇ ਹਾਂ ਵੀ ਜਿਹੜੀਆਂ ਖਾਸ ਕਰਕੇ ਬਾਰਡਰ ਸਟੇਟਸ ਆ ਉੱਥੇ ਜਿਹੜਾ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਕੰਮ ਆ ਆਈਸ ਵਾਲੇ ਉਹ ਜ਼ਿਆਦਾ ਕਰ ਰਹੇ ਆ।
ਬਿਲਕੁਲ ਤੇ ਇਸੇ ਦੇ ਨਾਲ ਆਪਾਂ ਜਿਹੜੀਆਂ ਜੀ ਅਪਡੇਟਸ ਅੱਜ ਦੀਆਂ ਇੱਥੇ ਹੀ ਸਮਾਪਤ ਕਰਾਂਗੇ। ਕੱਲ ਫਿਰ ਹਾਜ਼ਰ ਹੋਵਾਂਗੇ ਜੀ ਅਗਲੀਆਂ ਅਪਡੇਟਸ ਲੈ ਕੇ। ਤੇ ਸਰੋਤੇ ਸਾਨੂੰ ਦੱਸ ਕਈ ਕਾਲਸ ਆ ਰਹੀਆਂ ਸੀਗੀਆਂ ਰੇਡੀਓ ਸਾਈਟ ਤੇ, ਉਹ ਫੇਸਬੁੱਕ ਦੇ ਉੱਤੇ ਦੇਖ ਨਹੀਂ ਪਾ ਰਹੇ। ਬਿਲਕੁਲ ਜੀ, ਅਸੀਂ ਫੇਸਬੁੱਕ ਦੇ ਉੱਤੇ ਇਸ ਪੋਸਟ ਨੂੰ ਰੱਖਾਂਗੇ, ਜੇ ਲਾਈਵ ਕੋਈ ਨਹੀਂ ਜੁੜ ਪਾਇਆ ਤਾਂ ਜਿਹੜੇ ਬਾਅਦ ਦੇ ਵਿੱਚ ਤੁਸੀਂ ਜਿਹੜੇ ਜ਼ਰੂਰ ਸਾਡੀ ਇਹ ਪੋਸਟ ਨੂੰ ਉੱਥੇ ਤੁਸੀਂ ਦੇਖ ਸਕਦੇ ਹੋ, ਜਦੋਂ ਮਰਜ਼ੀ ਤੁਸੀਂ ਇਸ ਨੂੰ ਸਾਰੇ ਦੀ ਸਾਰੀ ਵੀਡੀਓ ਨੂੰ ਉਦੋਂ ਦੇਖ ਸਕਦੇ ਹੋ। ਤੇ ਆਪਾਂ ਇਜਾਜ਼ਤ ਲੈਂਦੇ ਹਾਂ, ਕੱਲ ਨੂੰ ਫਿਰ ਜਿਹੜੇ ਜੀ ਨਵੀਆਂ ਅਪਡੇਟਸ ਦੇ ਨਾਲ ਜੋ ਵੀ ਹੋਵੇਗੀਆਂ ਅਮਰੀਕਾ ਦੀਆਂ ਅੰਤਰਰਾਸ਼ਟਰੀ ਖਬਰਾਂ ਉਸ ਦੇ ਨਾਲ ਆਪਾਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ, ਮੈਨੂੰ ਜਗਮੋਹਨ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਯੂਨੀਵਰਸਿਟੀ ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।